ਲੋਬੀ ਨਮੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਹ ਬੰਦੇ ਫਿਰਦੇ ਆ ਸਪਰੇਅ ਵਾਲੇ ਰਹਿ ਗਏ ਆਖਰੀ ਤਿੰਨ ਪੰਪ ਸਪਰੇਅ ਕਰਾ ਰਹੇ ਆ ਤੇ 26 ਦੇ ਪਹਿਲਾਂ ਤੁਹਾਨੂੰ ਦਰਸ਼ਨ ਕਰਾ ਦਈਏ ਠੀਕ ਆ ਆਪਣੀ 26 ਕਿੰਨੀ ਤਰੀਕ ਦੀ ਆ ਹਨਾ ਕਿ ਆ ਕਿਆ ਗਿਆ ਆਟਮਾ ਆਪਾਂ ਨੇ ਪਾਈਆਂ ਕਿਦਾਂ ਸਾਰਾ ਤਾਮਜਾਮ ਕਰਿਆ ਤੇ ਕਿੰਨੇ ਦਿਨ ਦੀ ਹੋਗੀ ਸਾਰਾ ਦੱਸਾਂਗੇ ਹੁਣ ਕਿਹੜੀ ਸਪਰੇ ਕਰਾ ਰਹੇ ਆ ਲਾਸਟ ਵਾਲੀ ਸਪਰੇ ਆ ਉਹ ਆਪਾਂ ਨੇ ਫਾਈਨਲ ਕਰ ਦਿੱਤੀ ਆ ਲੋ ਵੀ 26 ਵੱਲ ਮਾਰੋ ਨਿਗਾ ਆ ਦਾਣੇ ਆ ਠੀਕ ਹੈ ਜੀ ਕਈ ਵੀਰਾਂ ਦੇ ਕਮੈਂਟ ਆਉਂਦੇ ਹਨਾ ਕਿ ਵੀਰ ਫਾਲਸ ਮਟ ਤਾਂ ਨਹੀਂ ਪਈ ਹੈਗੀ ਭਰਾ ਉਹ ਜਮੇ ਫਾਲਸ ਮਟ ਨਹੀਂ ਹੈਗੀ ਠੀਕ ਆ ਹੁਣ ਤੁਹਾਨੂੰ ਤਿਆਰਬੇ ਦੱਸਦਾ ਨਵੇਂ-ਨਵੇਂ ਬੰਦੇ ਨੂੰ ਤਿਆਰਬੇ ਕਰਨੇ ਚਾਹੀਦੇ ਆ ਟ੍ਰਾਇਲ ਵਜੋਂ ਕਰੋ ਹਨਾ ਉਹੀ ਸੁਣੀਆਂ ਸੁਣਾਈਆਂ ਗੱਲਾਂ ਨਾ ਕਿ ਜਿਹੜੀਆਂ ਚੱਲਦੀਆਂ ਰਹੀਆਂ ਪੁਰਾਣੇ ਸਮਿਆਂ ਤੋਂ ਉਹਦੇ ਮਗਰ ਲੱਗੇ ਰਹੋ ਜਾਂ ਫਿਰ ਕਿਸੇ ਹੋਰ ਦੀ ਮੰਨ ਕੇ ਆਪਾਂ ਸਪਰੇਅ ਕਰਾ ਲਈਏ ਇਹ ਰੋਂਗ ਆ ਬਿਲਕੁਲ ਰੋਂਗ ਆ ਪਹਿਲਾਂ ਆਪ ਟ੍ਰਾਇਲ ਕਰੋ ਫਿਰ ਤੁਸੀਂ ਸਪਰੇਅ ਕਰੋ ਆਰੇ ਕੌਨਫੀਡੈਂਸ ਜਿਹੜਾ ਤੁਹਾਨੂੰ ਆਊਗਾ ਨਾ ਕਿਸੇ ਨੂੰ ਦੱਸਣ ਦਾ ਉਹ ਲੱਗਦਾ ਹੀ ਹੋਊਗਾ ਆਹਾ ਜਿਹੜਾ ਕੀਲਾ ਆਪਣਾ ਇੱਕ ਕੀਲਾ ਹਨਾ ਪਹਿਲਾਂ ਸਟਾਰਟਿੰਗ ਦਾ ਇੱਥੇ ਤੇ ਪਾਣੀ ਆਇਆ 2-2 3-3 ਫੁੱਟ ਪਾਣੀ ਚੱਲਿਆ 10 ਦਿਨ ਦੀ ਜੀਰੀ ਥੀ ਚਲਦੀ ਸਾਰੇ ਵੀ 4-5 ਦਿਨ ਪਾਣੀ ਦੇ ਵਿੱਚ ਰਹੀ ਆ ਤਾਂ ਕਰਕੇ ਥੋੜੀ ਜੀ ਮਾੜੀ ਸੀ ਇਹ ਐ ਤਾਂ ਆਪਾਂ ਇਹਦਾ ਥੈਲਾ ਡਾਇ ਦਾ ਵੀ ਪਾਇਆ 9 ਕਿਲੋ ਜ਼ਿੰਕ 33% ਵਾਲੀ ਠੀਕ ਹੈ ਜੀ ਤੇ ਯੂਰੀਆ ਪਾਇਆ 4 ਥੈਲੇ ਕੋਈ ਬੰਦਾ ਮੰਨੇ ਚਾਹੇ ਨਾ ਮੰਨੇ ਹੈਨਾ ਉਹ ਲੈਦੀ ਗੱਲ ਆ ਕਿਉਂਕਿ ਜਿਹੜੀ ਸਚਾਈ ਆ ਉਹ ਸਚਾਈ ਆ ਆਹ ਖੇਤ ਦੇ ਵਿੱਚ ਚਾਰ ਥੈਲੇ ਪਏ ਹੋਏ ਆ। ਆਹ ਖੇਤ ਦੇ ਵਿੱਚ ਚਾਰ ਥੈਲੇ ਪਏ ਹੋਏ ਆ। ਬਾਕੀਆਂ ਚ ਜਿੰਨੇ ਵੀ ਰਹਿ ਗਏ ਹੁਣ ਕਿ 3 3.5 ਕਿਲੇ ਰਹਿ ਗਏ ਪਿੱਛੇ ਹਨਾ ਉਹਨਾਂ ਅਜ 3-3 ਥੈਲੇ ਪਏ ਹੋਏ ਆ। ਕੋਈ ਵੀ ਹੋਰ ਫਟਾਰਾ ਹਨਾ ਮੰਨ ਕੇ ਚੱਲੋ ਵੀ ਦੂਜਾ ਆਪਣਾ ਪਦਾਨ ਕੁਝ ਵੀ ਨਹੀਂ ਪਾਇਆ ਆਪਾਂ ਨੇ। ਪਹਿਲਾਂ ਗੋਭ ਦੇ ਵਿੱਚ ਆਪਾਂ ਨੇ ਕਾਪਰ ਆਕਸੀਕਰੋਰਾਇਡ ਦੀ ਸਪਰੇ ਕਰਾਈ ਆ ਜਦੋਂ ਗੋਭ ਚ ਤੇ ਨਸਰਨ ਤੇ ਪਹਿਲਾਂ ਕਾਇ ਨਹੀਂ ਹੈਗਾ ਕਿ ਨਸਰਾਈ ਵੀ 20% 10% ਉਹਦੇ ਨਾਲ ਖਰਾਬ ਹੁੰਦਾ ਆਪਣਾ ਦਾਣਾ ਠੀਕ ਹੈ ਕਿਉਂਕਿ ਉਹ ਸਾਲਟ ਆ ਜਿਹੜਾ ਬਹੁਤ ਜ਼ਿਆਦਾ ਗਰਮ ਆ ਆਪਾਂ ਨੇ ਟ్రਾਇਲ ਕਰਿਆ ਦਾ ਪਹਿਲਾਂ ਟਾਟਾ ਟਕੋਮੀ ਕਾਪਰ ਆਕਸੀਕਲੋਰਾਈਡ ਤੇ 13045 ਮਿਕਸ ਕਰਕੇ ਘਰਾਂ ਪਹਿਲਾਂ ਇੱਕ ਦਿਨ ਰੱਖ ਲਏ ਤੇ ਥੋੜੇ ਜਿਹਾ ਨਾ ਟ్రਾਇਲ ਵੱਜੂ ਤੇ ਉਹਨਾਂ ਦੇ ਵਿੱਚ ਕੋਈ ਵੀ ਕਿ ਗਤੀਵਿਧੀ ਹੋਈ ਨਹੀਂ ਹੈਗੀ ਕੋਈ ਫਟਿਆ ਨਹੀਂ ਘੋਲ ਕੋਈ ਕੁਝ ਨਹੀਂ ਹੋਇਆ ਅੱਪਾ ਨੇ ਆ ਕੀਲੇ ਦੇ ਵਿੱਚ ਹੁਣ ਸੁਣੀ ਚਲੋ ਕਿਲੋ 13045 ਤੇ ਕਾਪਰ ਆਕਸੀਕਰੋਆਇਡ ਤੇ ਟਾਟਾ ਟਕੋਮੀ ਦੀ ਸਪਰੇ ਕਰੀ ਆ ਮੈਨੂੰ ਕੋਈ ਬੰਦਾ ਇਹ ਦੱਸ ਦੇਵੇ ਕਿ ਦੱਸੋ ਭਾਈ ਨੁਕਸ ਕਿ ਆਏ ਠੀਕ ਹੈ ਜੀ ਲਓ ਗੋਪ ਦੀ ਸੁੰਡੀ ਐ ਕਿ ਭਾਈ ਹਟੀ ਨਹੀਂ ਹੈਗੀ ਚਾਹੇ ਜਿਹੜੀ ਮਰਜ਼ੀ ਕਰਾ ਲਈ ਤੁਸੀਂ ਫੇਮ ਚਾਹੇ ਚਾਹੇ ਕੋਰਾਜ਼ਨ ਚਾਹੇ ਟਾਟਾ ਟਕੋਮੀ ਮੜੀ ਮੋਟੀ ਤਾਂ ਹੈਗੀ ਉਹ ਆ ਕਿਉਂ ਆ ਕਿਉਂਕਿ ਮੌਸਮ ਉਹਦੇ ਪੱਖ ਦੇ ਵਿੱਚ ਆ ਮੈਂ ਮੌਸਮ ਦੀ ਕੱਲ ਵੀਡੀਓ ਪਾਈ ਤੀ ਕਿ ਜਦ ਤੱਕ ਮੌਸਮ ਤੁਹਾਡੇ ਪੱਖ ਚ ਨਹੀਂ ਨਾ ਹੈਗਾ ਤੁਸੀਂ ਲੱਖ ਜਿੰਨੇ ਮਰਜ਼ੀ ਸਪਰੇਹਾਂ ਕਰਾ ਦਿਓ ਤੁਹਾਡਾ ਝਾੜ ਨਹੀਂ ਪਦਣਾ ਜੇ ਮੌਸਮ ਤੁਹਾਡੇ ਪੱਖ ਚਾ ਚਾਹੀ ਇੱਕ ਵੀ ਨਾ ਕਰਾ ਹੁਣ ਤੇਲਾ ਨਹੀਂ ਹੈਗਾ ਇੱਕ ਵੀ ਦਾਣਾ ਇੱਕ ਵੀ ਦਾਣਾ ਤੇਲੇ ਦਾ ਨਹੀਂ ਬੇਸ਼ੱਕ ਫੇਰ ਵੀ ਕਰਾ ਰਹੇ ਆ ਕਿ ਤੇਲੇ ਦੀ ਥਾਇਆ ਠੀਕ ਆ ਘਟਾਰ ਵਾਲਾ ਸਲਟ ਉਹ ਕਰਾ ਰਹੇ ਆ 13.045 ਕਿਲੋ ਦੇ ਨਾਲ ਠੀਕ ਹੈ ਜੀ ਆਹ ਦੇਖੋ ਇਹਦੇ ਵਿੱਚ 13.045 ਗੋਭ ਚ ਪਾਈ ਨਹੀਂ ਤੀ ਇਹਦੇ ਵਿੱਚ ਕਰਿਆ ਤਾਂ ਆਪਣਾ ਟਾਟਾ ਟਕੋਮੀ ਹੋ ਗਈ ਹੈ ਨਾ 65 ਗ੍ਰਾਮ ਕੀਲੇ ਦੀ ਸੇਮੀਆਂ ਵਾਲਾ ਤਾਂ ਹੈ ਨਾ ਸੇਮੀਆਂ ਮੰਗਤੀ ਤੇ ਔਰ 500 ਗ੍ਰਾਮ ਕਾਪਰ ਆਕਸੀਕਰੋਆਇਡ ਚੱਕੋ ਇਹਦੇ আর ਇਹਦੇ ਵਿੱਚ ਫਰਕ ਦੱਸੋ ਮੈਨੂੰ ਕਿਹਾ ਕਿ ਆ ਨੁਕਸਾ ਉਹੀ ਗੱਪਾਂ ਮਰੀ ਜਾਣੀਆਂ ਉਹੀ ਮਗਜ ਖਪਾਈ ਕਰੀ ਜਾਣੀਆਂ ਮੈਂ ਬਹੁਤ ਜ਼ਿਆਦਾ ਵੀਡੀਓ ਦੇਖੀ ਜਰੂਰ ਮਿਕਸ ਕਰਨ ਲੱਗਿਆ ਤਾਂ ਹਰਿਆਣੇ ਦੇ ਜਿੰਨੇ ਵੀ ਵਿਗਿਆਨੀ ਹੈ ਨਾ ਉੱਥੇ ਉਹਨਾਂ ਦੇ ਯੂਨੀਵਰਸਿਟੀ ਦੇ ਵਿੱਚ ਜਾਂ ਹੋਰ ਬੰਦਿਆਂ ਇੱਕ ਮੈਨੂੰ ਬੰਦੇ ਦੀ ਬਹੁਤ ਗੱਲ ਚੱਜੀ ਯਾਰ ਕਹਿੰਦਾ ਯਾਰ ਪੰਜ ਛੇ ਦਵਾਈਆਂ ਫਿਰ ਤਾਂ ਪੰਜ ਛੇ ਸਪਰੇਆਂ ਹੋ ਗਈਆਂ ਕਿਹੜੇ ਟਾਈਮ ਕਿਹੜਾ ਕਰੂਗਾ ਚਾਰ ਚਾਰ ਪੰਜ ਪੰਜ ਦਿਨ ਦਾ ਗੈਪ ਲਾ ਲਓ ਇੰਨਾ ਤਾਂ ਗੋਬ ਸਟੇਜ ਲੰਘ ਜਾਣੀ ਬਹੁਤ ਕੁਝ ਹੁੰਦਾ ਹੈ ਨਾ ਮੰਨੂ ਕਈ ਬੰਤੇ ਗਲਤ ਵੀ ਬੋਲਣਗੇ ਉਹਨਾਂ ਵਾਸਤੇ ਮੈਂ ਇੱਕ ਮੈਂ ਵੀਡੀਓ ਇੱਕ ਗੱਲ ਕਹਿਣੀ ਆ ਬਹੁਤ ਵਧੀਆ ਗੱਲ ਆ ਸਿੱਖਣ ਲਈ ਤੁਹਾਨੂੰ ਬਹੁਤ ਕੁਝ ਮਿਲੂਗਾ ਹਣਾ ਹੁਣ ਕਰਾ ਰਹੇ ਆ ਆ ਝੁਕ ਗਈ ਹਾਲਾਤ ਤੁਹਾਡੇ ਸਾਹਮਣੇ ਆ 13045 ਕਿਲੋ ਤੇ ਏਕਟਾਰ ਵਾਲਾ ਸాల్ਟ ਜਿਹੜਾ ਠਾਇਆ ਠੀਕ ਹੈ ਜੀ ਪਹਿਲਾਂ ਤੇਲੇ ਵਾਲੀ ਪਾਈ ਨਹੀਂ ਹੈਗੀ ਨਹੀਂ ਕਈ ਬੰਦੇ ਪਹਿਲਾਂ ਵੀ ਠੋਕ ਦਿੰਨੇ ਆ ਉਹ ਇਮਿਊਨਿਟੀ ਵਧਾਉਣੇ ਆ ਤੁਸੀਂ ਯਾਰ ਤੇ ਕੀਟਾਂ ਦੀ ਜਿਹੜੀ ਕਰਾਉਣੀ ਆ ਬਾਅਦ ਵਿੱਚ ਹੁਣ ਲੋਡ ਆ ਠੀਕ ਆ ਤੇਲੇ ਦੀ ਸਪਰੇ ਦੀ ਨਾ ਕਿ ਪਹਿਲਾਂ ਹੀ ਠੀਕ ਆ ਦੀਵਾਲੀ ਦੇ ਪਹਿਲਾਂ ਪਟਾਕੇ ਵਜਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਕੀ ਫਾਇਦਾ ਇੱਕ ਦੂਜੇ ਦੇ ਮੂੰਹਾਂ ਕਿੰਨੀ ਦੇਖੂਗੇ ਉਹ ਫਲਾਣੇ ਦੇ ਚਲਦੀ ਆਸਤਵਾਜੀ ਯਾਰ ਆਪਾਂ ਪਹਿਲਾਂ ਹੀ ਨਵੇੜ ਕੇ ਖੜ ਗਏ ਠੀਕ ਹੈ ਜੀ ਆ ਚੱਕੋ ਇਫਕੋ ਦਾ 13045 ਤੇ ਆ ਇਹ ਜਿਹੜਾ ਤਾਂ ਹੁਣ 1 ਕਿਲਾ ਆਪਣਾ ਲੈਦਾ ਹੈ ਆ ਚੱਕੋ ਠੀਕ ਹੈ ਜੀ 25 W G ਫਾਰਮ ਦੇ ਵਿੱਚ ਆ ਇਹਦੀ ਡੋਜ਼ ਆਪਾਂ ਨੇ ਰੱਖੀ ਆ 100 ਗ੍ਰਾਮ ਪ੍ਰਤੀ ਏਕੜ ਛੱਕੋ ਬਾਕੀ ਹੋਰ ਕੋਈ ਕੁਐਸਚਨ ਕਰਨਾ ਹੋਇਆ ਹੋਰ ਗੱਲਬਾਤ ਕਰਨੀ ਹੋਈ ਕਿਉਂਕਿ ਯਾਰ ਮੈਂ ਪਿਛਲੀ ਵਾਰ ਨਾ ਬਹੁਤਾ ਤੁਸੀਂ ਖਿਚੜੀ ਨਾ ਕਰੇ ਕਰੋ ਸਪਰੇਹਾਂ ਦੀ ਮੈਂ ਪਿਛਲੀ ਵਾਰ ਖਿਚੜੀ ਕਰੀ ਥੀ ਦੇਖ ਲਓ ਵੀ ਅਸ਼ੀਨ ਪਰਤੀ ਦੀ ਅਸ਼ੀਨ ਤੇਲੇ ਤੇ ਸਾਰੀਆਂ ਇਕੱਠੀਆਂ ਕਰਕੇ ਪਹਿਲਾਂ ਹੀ ਪੜਾਕੇ ਵਜਾ ਦਿੱਤੇ ਗੋਬ ਦੇ ਵਿੱਚ ਬਾਅਦ ਵਿੱਚ ਕੀ ਹੋਇਆ ਤੇਲਾ ਪੈ ਗਿਆ ਕੰਟਰੋਲ ਹੋਇਆ ਨਹੀਂ ਝਾੜਦਾ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਉਹ ਹੋ ਜਾਂਦਾ ਪੀਆਰ 129 ਸੀ ਪਰ ਆ ਦੋ ਖੇਤਾਂ ਨੂੰ ਇਹਨੂੰ ਆ ਰਹੇ ਨੂੰ ਛੱਡ ਕੇ ਉਰੇ ਪੀਆਰ 121 ਸੀ 29 ਦਾ ਤੁਹਾਨੂੰ ਪਤਾ ਕਿੱਡਾ ਬੂਝਾ ਹੁੰਦਾ ਹੈ ਨਾ ਕਿੱਡੀ ਹਾਈਟ ਹੁੰਦੀ ਆ ਬਹੁ ਦੇ ਵਿੱਚ ਤੇਲਾ ਨਹੀਂ ਫਿਰ ਮੁੱਕਿਆ ਹੈਗਾ ਤਾਂ ਹੀ ਕਹਿਣਾ ਜਦੋਂ ਟਾਈਮ ਹੁੰਦਾ ਉਹ ਚੀਜ਼ ਜਦੋਂ ਇਸ ਕੇ ਸੌਂਦੀ ਆ ਠੀਕ ਆ ਉਹੀ ਪਹਿਲੇ ਹੀ ਤੁਸੀਂ ਹਲਾ ਲਲਾ ਕਰਾਤੀ ਕੋਈ ਫਾਇਦਾ ਨਹੀਂ ਹੈਗਾ ਕੰਟਰੋਲ ਕਰੋ ਯਾਰ ਚੀਜ਼ਾਂ ਤੁਸੀਂ ਇੰਨੇ ਚਿਰ ਦੇ ਆਪਾਂ ਖੇਤੀ ਕਰਦੇ ਆਉਨੇ ਆ ਜੇ ਸਾਨੂੰ ਆਹੀ ਚੀਜ਼ ਦਾ ਨਹੀਂ ਪਤਾ ਫਿਰ ਯਾਰ ਕੀ ਗੱਲ ਬਾਤ ਹੈ ਨਾ ਆ ਲੋ ਤਾਂ ਇਹ ਬਹੁਤ ਸੁਣੋ ਯਾਰ ਪਾਣੀ ਦਾ ਬਾਈ ਬਹੁਤ ਬੜਾ ਰੋਲ ਆ ਚਾਹੇ ਕਣਕ ਹੋਗੀ ਚਾਹੇ ਗੰਨਾ ਹੋ ਗਿਆ ਚاہے ਜੀਰੀ ਹੋ ਗਈ ਜਿਹੜੀ ਮਰਜੀ ਫਸਲ ਆ ਪਾਣੀ ਦਾ ਸਭ ਤੋਂ ਵੱਡਾ ਰੋਲ ਆ ਜੇ ਹੁਣ ਬਾਈ ਗੱਲ ਸੁਣੋ ਕਿ ਪਾਣੀ ਸਕਾਉਣਾ ਹੀ ਨਹੀਂ ਹੈਗਾ ਆ ਦੇਖੋ ਗਿੱਲਾ ਪੂਰੀ ਬਸ ਆ ਲੈ ਹੁਣ ਤਾਂ ਇਹਨੂੰ ਅੱਬਲਾ ਝੋਕ ਗਈ ਫਲਾਵਰਿੰਗ ਟਾਈਮ ਲੰਘ ਗਿਆ ਹੁਣ ਇਹਨੂੰ ਲੋੜ ਨਹੀਂ ਹੈਗੀ ਕਿ ਮੜਾ ਜੇ ਹੁਣ ਇਹਨੂੰ ਰਾੜਾ ਲਵਾਉਂਗੇ ਫੇਰ ਇੱਕ ਅੱਧਾ ਪਾਣੀ ਲੱਗਿਆ ਲਾ ਦੂਗੇ ਨਹੀਂ ਓਕੇ ਆ ਦੈਟਸ ਇਟ ਕਿਉਂਕਿ ਰੌਣੀ ਕਰਨੀ ਆਪਾਂ ਨੇ ਇਹ 5 ਤੇ ਲੈ ਕੇ 10 ਤਰੀਕ ਦੇ ਵਿੱਚ ਵਿੱਚ ਵੱਡ ਹੋ ਜਾਣੀ 5 ਕ ਤਰੀਕ ਦੇ ਨੇੜੇ ਤੇੜ ਮਨੋ ਹਨਾ ਬਾਕੀ 7301 1 ਤਰੀਕ ਦੇ ਨੇੜੇ ਤੇੜ ਵੱਡ ਹੋ ਜਾਣੀ ਗੱਲ ਮੁੱਕਦੀ ਫਲਾਵਰਿੰਗ ਟਾਈਮ ਗਿੱਲ ਰੱਖੋ ਤੇ ਪਹਿਲੇ 10 ਦਿਨ 15 ਦਿਨ ਕੱਖਾਂ ਕਰਕੇ ਕੱਖ ਨਾ ਹੋ ਜਾਣ ਪਾਣੀ ਰੱਖੋ ਉਹਦੇ ਬਾਅਦ ਪਾਣੀ ਖਾ ਲਿਆ ਤਾਂ ਲਾਓ ਤਾਜ਼ਾ ਪਾਣੀ ਲੱਗੂ ਬਹੁਤ ਵਧੀਆ ਰਿਜ਼ਲਟ ਆ ਯਾਰ ਇਹ ਪਾਣੀ ਦੀ ਮੈਨੇਜਮੈਂਟ ਵਧੀਆ ਰੱਖੀ ਆ ਬਿਮਾਰੀ ਕੋਈ ਨੇੜੇ ਤੇੜੇ ਵੀ ਨਹੀਂ ਹੈਗੀ ਹੁਣ ਪਾਣੀ ਦਾ ਆਪਾਂ ਨੇ 6 6 7 7 10 10 ਇੰਚ ਰੱਖਣਾ ਖੇਤ ਚ ਠੀਕ ਆ ਸਪਰੇ ਹਾਂ ਜਹੇ ਚ ਜਿਹੜੀ ਮਰਜ਼ੀ ਕਰਾ ਲਿਓ ਚਾਹੇ ਦੋ ਸਪਰੇ ਹਾਂ ਕਾਪਰ ਦੀਆਂ ਕਰਾ ਲਿਓ ਥੋੜੇ ਹਲਦੀ ਰੋਗ ਆਉਣੀ ਆਉਣਾ ਜੇ ਮੌਸਮ ਖੁਸ਼ਕਾ ਜਿੱਦਾਂ ਹੈ ਨਾ ਪਾਸ਼ਵਾ ਚੱਲਦੀ ਆ ਚਾਹੇ ਤੁਸੀਂ ਸਪਰੇ ਕਰਾਓ ਵੀ ਨਾ ਤਾਂ ਵੀ ਕੇ ਹਲਦੀ ਰੋਗ ਆਉਣਾ ਨਹੀਂ ਥੋੜੇ ਗੱਲ ਮੁੱਕ ਦੀ ਸਾਰਾ ਤਾਮਾ ਜਾਮਾ ਕੁਦਰਤ ਪਰ ਆਉ ਪਰਮਾਤਮਾ ਪਰ ਉਹਨੇ ਝਾੜ ਦੇਣਾ ਹੀ ਦੇਣਾ ਠੀਕ ਆ ਉਹਦੇ ਪਰ ਸਾਰੀ ਖੇਤੀਬਾੜੀ ਜਿੰਨੀ ਵੀ ਪੰਜਾਬ ਵਰਲਡ ਲੈਵਲ ਪਰ ਆ ਕੁਦਰਤ ਪਰ ਆ ਜੇ ਕੁਦਰਤ ਮਿਹਰਬਾਨ ਆ ਕਿਸਾਨ ਦੇ ਉੱਪਰ ਤਾਂ ਤੁਹਾਡਾ 35 ਜਾਂ 40 ਵੀ ਆ ਸਕਦਾ ਝਾੜ ਜੇ ਕੁਦਰਤ ਤੁਹਾਡੇ ਨਾਲ ਨਹੀਂ ਖੜੀ ਤਾਂ ਤੁਹਾਨੂੰ ਪਤਾ ਹੀ ਆਂ ਕੀ ਕਰ ਸਕਦੀ ਆ ਪਿਛਲੇ ਬਾਅਦ ਕੀ ਕਰਿਆ ਉੱਪਰ ਨੂੰ ਪਾਣੀ ਟਪਾਇਆ ਹਨਾ ਜੀਰੀਆਂ ਤਾਂ ਫੇਰ ਵੀ ਜੀਰੀਆਂ ਬਚ ਗਈਆਂ ਇਹ ਉਹ ਜੀਰੀ ਆ ਜਿਹੜੀ ਇੱਕ ਡੱਕਾ ਬਣੀਦਾ ਦਿਖਦਾ ਆ ਦੇਖੋ ਤੇੜਾਂ ਪਾਈਆਂ ਪਈਆਂ ਫਰਸ਼ 'ਚ ਆ ਦੇਖੋ ਉਹ ਦੇਖੋ ਠੀਕ ਆ ਤੇੜਾਂ ਪਾਤੀਆਂ ਧੀਆਂ ਫਰਸ਼ ਦੇ ਵਿੱਚ ਇੰਨਾ ਪਾਣੀ ਚੱਲਿਆ ਔਰੇ ਨੂੰ ਫੇਰ ਵੀ ਦੇਖ ਲੋ ਬਹੁਤ ਕਮਾਲ ਦੀ ਹੈ ਨਾ ਆਪਾਂ ਉਹੀ ਰੋਈ ਜਾਈਏ ਉਹ ਲੈਦੀ ਗੱਲ ਆ ਹਨਾ ਇਹ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਤਕੜੇ ਹੋ ਕੇ ਕੰਮ ਕਰੋ ਮਿਹਨਤ ਕਰੋ ਮੇਰੇ ਹਿਸਾਬ ਨਾਲ ਕਿਸੇ ਦਾ ਪੈਸਾ ਖਾਓ ਨਾ ਠੀਕ ਆ ਨਿੰਤਿਆ ਚੁਗਲੀ ਤੇ ਦੂਰ ਹੋ ਜਾ ਚਾਹੇ ਕਿਸੇ ਨੂੰ ਬਲਾਓ ਹੀ ਨਾ ਠੀਕ ਆ ਲੋਕ ਆਏ ਕਹਿਣਗੇ ਤੇਰੇ ਚਾਕੜ ਆ ਇਹਦੇ ਚ ਹੰਕਾਰ ਆ ਇਹ ਐਟੀਟਿਊਡ ਬਹੁਤ ਆ ਪਰ ਤੁਹਾਨੂੰ ਪ੍ਰਮਾਤਮਾ ਜਾਣਦਾ ਕਿ ਤੁਸੀਂ ਕਿੱਦਾਂ ਦੇ ਬੰਦੇ ਆ ਲੋਕਾਂ ਦਾ ਕੀ ਕਹੀ ਜਾਣਦੇ ਇਹਨਾਂ ਦਾ ਕੰਮ ਆ ਉਸ ਤੋਂ ਬਾਅਦ ਯਾਰ ਇੱਕ ਨਾ ਜੈਪੁਰ ਦੀ ਕੁੜੀ ਸੀ ਕੁੜੀ ਨਹੀਂ ਮਤਲਬ ਕੀ 40 ਸਾਲ ਦੀ ਹੈ ਨਾ ਜਿਹੜੀ ਲੋਕ 60 ਕਮੈਂਟ ਮਾਰਦੇ ਆ ਬਿਨਾਂ ਸੋਚੇ ਸਮਝੇ ਹੈ ਨਾ ਬੋਲ ਦੇਣਾ 40 ਉਹ ਵਿਚਾਰੀ ਰੀਲ ਪਾਉਂਦੀ ਆ ਇੰਸਟਾਗ੍ਰam ਤੇ ਬਹੁਤ ਥੱਲੇ ਹਨਾ ਕਿ ਲਿਪਸਿੰਗ ਕਰਕੇ ਉਹ ਵੀਡੀਓ ਪਾਉਂਦੀ ਆ ਕਿਸੇ ਦੇ ਗੀਤਾਂ ਪਰ ਉਸ ਤੋਂ ਬਾਅਦ ਵੀ ਇੱਕ ਗੱਲ ਹੋਈ ਉਹਨੂੰ ਬਹੁਤ ਥੱਲੇ ਬੈਡ ਕਮੈਂਟ ਆਏ ਹੋਏ ਤੇ ਮੈਂ ਚਲੋ ਦੇਖਣ ਲੱਗਿਆ ਪ੍ਰੋਫਾਈਲ ਉਹ ਵਿਚਾਰੀ ਅਪਾਹਜ ਰੇੜੀ ਲਾਉਂਦੀ ਆ ਉਹ ਚੀਜ਼ ਕਰਕੇ ਹਨਾ ਇਹ ਲੋਕ ਚਾਹੁੰਦੇ ਆ ਕਿ ਉਹ ਸਾਰੀ ਉਮਰ ਠੀਕ ਆ ਰੇੜੀ ਲਾਈ ਜਾਵੇ ਮਜ਼ਦੂਰੀ ਕਰੇ ਹੁਣ ਅੱਜ ਉਹਦੇ ਫਾਲੋਅਰ ਲੱਖ ਦੇ ਨੇੜੇ ਤੇੜਾਂ ਮੜੀ ਮੋਟੀ ਵਿਚਾਰੀ ਐਡ ਕਰ ਦਿੰਦੀ ਆ ਚਾਰ ਪੈਸੇ ਆਉਂਦੇ ਹੋਗੇ ਉਹੀ ਗੱਲ ਹੈ ਕਵਿੰਦੇ ਸਰਦਾਰ ਨਾਲ ਹੋਈ ਆ ਠੀਕ ਆ ਕਿੰਨਾ ਬਈ ਉਹਨਾ ਥੋੜਾ ਕਿਆ ਖਾਣੇ ਆ ਉਹ ਕਿਆ ਸ਼ਲੀਲਤਾ ਫਲਾਉਨੇ ਆ ਕਿਆ ਕਰਦੇ ਉਹ ਟੈਲੈਂਟ ਆ ਉਹਨਾਂ ਦਾ ਠੀਕ ਆ ਥੋੜਾ ਫੁਰਦੂ ਬਣਾ ਕੇ ਅੱਜ ਕਰੋੜਾ ਪਤੀਆਂ ਤਿੰਨੇ ਚਾਰੇ ਜਣੇ ਆ ਉਹ ਠੀਕ ਆ ਉਹਨਾਂ ਦੀ ਡੇਲੀ ਦੀ ਇਨਕਮ ਮੇਰੇ ਹਿਸਾਬ ਨਾਲ 30 ਤੇ ਲੈ ਕੇ 50 ਹਜ਼ਾਰ ਦੇ ਵਿੱਚ ਵਿੱਚ ਆ ਡੇਲੀ ਦੀ ਇਨਕਮ ਠੀਕ ਆ ਉਹੀ ਬੈਡ ਕਮੈਂਟ ਮਾਰੀ ਜਾਂਦੇ ਆ ਯਾਰ ਬਹੁਤ ਬੰਦੇ ਕੋਈ ਇੱਕ ਛੋਟਾ ਜਿਹਾ ਮੁੰਡਾ ਹੈ ਹਨਾ ਕਿ ਸਰੀਰ ਪੱਖੋਂ ਉਦਾਂ ਉਹ ਵੱਡਾ ਉਹ ਵਿਚਾਰਾ ਪਾਹੇ ਜਾ ਜੇ ਕਿਤੇ ਇੰਸਟਾਗ੍ਰਾਮ ਤੇ ਜਾਂ ਉਹ ਚਲੋ ਗਲਤ ਚੱਲਦਾ ਹਨਾ ਗਲਤ ਬੋਲਦਾ ਥੋੜਾ ਜਿਹਾ ਸ਼ਰੀਲਤਾ ਵੱਲ ਜਿਆਦਾ ਗਿਆ ਵਾ ਉਹ ਜਿਉ ਉਹ ਵਿਚਾਰਾ ਕਮਾਉਣ ਲੱਗ ਗਿਆ ਥੋੜੇ ਗਿਆ ਅੱਖ ਲੜਦੀ ਹੈ ਯਾਰ ਵਧੀਆ ਯਾਰ ਕਿਸੇ ਦਾ ਘਰ ਚੱਲਦਾ ਪਰਿਵਾਰ ਚੱਲਦਾ ਹਨਾ ਤੁਹਾਡਾ ਲੋਕਾਂ ਦੀ ਸੋਚ ਤੇ ਬਿਨਾਂ ਦੇਖੇ ਤੇ ਹੂਲਾ ਲਲਾ ਕਰਾਈ ਜਾਂਦੇ ਆ ਯਾਰ ਇੰਨਾ ਨਹੀਂ ਕਰਨਾ ਚਾਹੀਦਾ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਚ